ਪਟਿਆਲਾ ਪੁਲਿਸ ਦੇ ਦੁਆਰਾ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਇੱਕ ਨੌਜਵਾਨ ਦੇ ਉੱਪਰ ਪਰਚਾ ਕੀਤਾ ਗਿਆ ਦਰਜ। ਦੱਸ ਦਈਏ ਕਿ ਜਗਸੀਰ ਖਾਨ ਪੁੱਤਰ ਮਜਾਦ ਮੁਹੰਮਦ ਵਾਸੀ ਪਿੰਡ ਝੰਡੀ ਥਾਣਾ ਪਸਿਆਣਾ ਦੁਆਰਾ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਸਦੇ ਹੱਥ ਦੇ ਵਿੱਚ ਦੋ ਪਿਸਤੌਲ ਫੜੇ ਹੋਏ ਸਨ। ਪਟਿਆਲਾ ਪੁਲਿਸ ਦੇ ਦੁਆਰਾ ਇਸ ਵੀਡੀਓ ਦੇ ਉੱਪਰ ਸੰਗਿਆਨ ਲੈਂਦੇ ਹੋਏ ਇਸ ਨੌਜਵਾਨ ਦੀ ਖੋਜ ਕੀਤੀ ਤਾਂ ਪੁਲਿਸ ਦੇ ਦੁਆਰਾ ਇਹ ਪਾਇਆ ਗਿਆ ਕਿ ਇਸ ਨੌਜਵਾਨ ਦੇ ਦੁਆਰਾ ਲੀਲਾ ਭਵਨ ਵਾਲੀ ਮਾਰਕੀਟ ਦੇ ਵਿੱਚ ਇਹ ਵੀਡੀਓ ਬਣਾਈ ਗਈ ਜਿਸ ਦੇ ਵਿੱਚ ਦੋ ਪਿਸਤੌਲ ਇਸ ਨੌਜਵਾਨ ਦੇ ਦੁਆਰਾ ਹੱਥਾਂ ਦੇ ਵਿੱਚ ਫੜੇ ਹੋਏ ਸਨ, ਜਿਸ ਦੇ ਚੱਲਦੇ ਇਸ ਦੇ ਉੱਪਰ FIR ਨੰਬਰ 129-30 ਆਰਮਜ਼ ਐਕਟ ਦੇ ਤਹਿਤ ਦਰਜ ਕਰ ਲਿੱਤੀ ਗਈ ਹੈ। FIR ਨੰਬਰ 129 ਡੇਟਡ 25/7/2024 ਇਹ ਜਗਸੀਰ ਖਾਨ ਪੁੱਤਰ ਮੁਜਾਰ ਮੁਹੰਮਦ ਵਾਸੀ ਪਿੰਡ ਝੰਡੀ ਥਾਣਾ ਪਸਿਆਣਾ ਦੇ ਖਿਲਾਫ਼ ਦਰਜ ਹੋਈ ਹੈ। ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ, ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਜ਼ਿਲ੍ਹਾ ਭਵਨ ਦੇ ਵਿੱਚ ਪਬਲਿਕਲੀ ਡਿਸਪਲੇ ਕਰਕੇ ਇਹਨੇ ਇੱਕ ਵੀਡੀਓ ਪਾਈ ਸੀਗੀ। ਅਤੇ ਇੱਥੇ ਇਹ ਦੱਸਣ ਯੋਗ ਹੈ ਵੀ ਇਹਦੇ ਕੋਲ ਆਪਣਾ ਕੋਈ ਅਸਲੇ ਦਾ ਲਾਇਸੈਂਸ ਨਹੀਂ ਹੈਗਾ। ਇਹਦੇ ਖਿਲਾਫ਼ 30 ਆਰਮਜ਼ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ। ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਏਗੀ ਜੁਰਮਾਂ ਦਾ ਹੋਰ ਵੀ ਵਾਧਾ ਹੋ ਸਕਦਾ। ਪਟਿਆਲਾ ਪੁਲਿਸ ਦੇ ਦੁਆਰਾ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਇੱਕ ਨੌਜਵਾਨ ਦੇ ਉੱਪਰ ਪਰਚਾ ਕੀਤਾ ਗਿਆ ਦਰਜ। ਦੱਸ ਦਈਏ ਕਿ ਜਗਸੀਰ ਖਾਨ ਪੁੱਤਰ ਮਜਾਦ ਮੁਹੰਮਦ ਵਾਸੀ ਪਿੰਡ ਝੰਡੀ ਥਾਣਾ ਪਸਿਆਣਾ ਦੁਆਰਾ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਸਦੇ ਹੱਥ ਦੇ ਵਿੱਚ ਦੋ ਪਿਸਤੌਲ ਫੜੇ ਹੋਏ ਸਨ। ਪਟਿਆਲਾ ਪੁਲਿਸ ਦੇ ਦੁਆਰਾ ਇਸ ਵੀਡੀਓ ਦੇ ਉੱਪਰ ਸੰਗਿਆਨ ਲੈਂਦੇ ਹੋਏ ਇਸ ਨੌਜਵਾਨ ਦੀ ਖੋਜ ਕੀਤੀ ਤਾਂ ਪੁਲਿਸ ਦੇ ਦੁਆਰਾ ਇਹ ਪਾਇਆ ਗਿਆ ਕਿ ਇਸ ਨੌਜਵਾਨ ਦੇ ਦੁਆਰਾ ਲੀਲਾ ਭਵਨ ਵਾਲੀ ਮਾਰਕੀਟ ਦੇ ਵਿੱਚ ਇਹ ਵੀਡੀਓ ਬਣਾਈ ਗਈ ਜਿਸ ਦੇ ਵਿੱਚ ਦੋ ਪਿਸਤੌਲ ਇਸ ਨੌਜਵਾਨ ਦੇ ਦੁਆਰਾ ਹੱਥਾਂ ਦੇ ਵਿੱਚ ਫੜੇ ਹੋਏ ਸਨ, ਜਿਸ ਦੇ ਚੱਲਦੇ ਇਸ ਦੇ ਉੱਪਰ FIR ਨੰਬਰ 129-30 ਆਰਮਜ਼ ਐਕਟ ਦੇ ਤਹਿਤ ਦਰਜ ਕਰ ਲਿੱਤੀ ਗਈ ਹੈ। FIR ਨੰਬਰ 129 ਡੇਟਡ 25/7/2024 ਇਹ ਜਗਸੀਰ ਖਾਨ ਪੁੱਤਰ ਮੁਜਾਰ ਮੁਹੰਮਦ ਵਾਸੀ ਪਿੰਡ ਝੰਡੀ ਥਾਣਾ ਪਸਿਆਣਾ ਦੇ ਖਿਲਾਫ਼ ਦਰਜ ਹੋਈ ਹੈ। ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ, ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਦੋ ਵੈਪਨ ਆਪਣੇ ਜ਼ਿਲ੍ਹਾ ਭਵਨ ਦੇ ਵਿੱਚ ਪਬਲਿਕਲੀ ਡਿਸਪਲੇ ਕਰਕੇ ਇਹਨੇ ਇੱਕ ਵੀਡੀਓ ਪਾਈ ਸੀਗੀ। ਅਤੇ ਇੱਥੇ ਇਹ ਦੱਸਣ ਯੋਗ ਹੈ ਵੀ ਇਹਦੇ ਕੋਲ ਆਪਣਾ ਕੋਈ ਅਸਲੇ ਦਾ ਲਾਇਸੈਂਸ ਨਹੀਂ ਹੈਗਾ। ਇਹਦੇ ਖਿਲਾਫ਼ 30 ਆਰਮਜ਼ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ। ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਏਗੀ ਜੁਰਮਾਂ ਦਾ ਹੋਰ ਵੀ ਵਾਧਾ ਹੋ ਸਕਦਾ।